ਜ਼ਿਲ੍ਹਾ ਜਲੰਧਰ ਦੀ 21 ਜ਼ਿਲ੍ਹਾ ਪ੍ਰੀਸ਼ਦ ਤੇ 199 ਪੰਚਾਇਤ ਸਮਿਤੀ ਦੀ ਸੀਟਾਂ ਵਾਸਤੇ ਚੋਣ ਸ਼ੁਰੂ ਹੋ ਚੁੱਕੀ ਹੈ ਜੇ ਆਪਾਂ ਗੱਲ ਕਰੀਏ ਜਲੰਧਰ ਜ਼ਿਲ੍ਹੇ ਦੇ ਵਿੱਚ ਕੁੱਲ 505 ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ 54 ਜ਼ਿਲ੍ਹਾ ਪ੍ਰੀਸ਼ਦ ਤੇ 451 ਨਗਰ ਪੰਚਾਇਤ ਦੇ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਨੇ ਜ਼ਿਲ੍ਹਾ ਜ਼ਿਲ੍ਹੇ ਦੇ ਵਿੱਚ ਕੁੱਲ 1206 ਬੂਤ ਨੇ ਜਿਨ੍ਹਾਂ ਦੇ ਵਿੱਚ 131 ਅਤੀ ਸਵੇਦਨਸ਼ੀਲ ਤੇ 287 ਸਵੇਦਨਸ਼ੀਲ ਕੋਸ਼ਿਤ ਕੀਤੇ ਗਏ ਨੇ ਕੁੱਲ ਕੁੱਲ 7800 ਜਵਾਨ ਜਿਹੜੇ ਸੁਨਕਸ਼ਾ ਸੁਰੱਖਿਆ ਵਾਸਤੇ ਤਾਇਨਾਤ ਕੀਤੇ ਗਏ ਨੇ ਜਦ ਕਿ 4200 ਸਿਵਲ ਸਟਾਫ ਜਿਹੜਾ ਡਿਊਟੀ ਇੱਥੇ ਡਿਊਟੀ ਵਾਸਤੇ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਜੰਦਰ ਜ਼ਿਲ੍ਹੇ ਦੇ ਵਿੱਚ ਕੁੱਲ 10 ਲੱਖ 42534 ਵੋਟਰ ਜਿਹੜੇ ਵੋਟ ਪਾ ਰਹੇ ਨੇ ਜੇ ਆਪਾਂ ਗੱਲ ਕਰੀਏ ਜ਼ਿਲ੍ਹਾ ਇਹਨਾਂ ਜ਼ਿਲ੍ਹਾ ਪਰਿਸ਼ਦ ਦੇ ਚੋਣਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵੋਟਰ ਹੈ ਫਲੋਰ ਦੇ ਵਿੱਚ 156000 ਤੇ ਮੈਥਪੁਰ ਦੇ ਵਿੱਚ ਸਭ ਤੋਂ ਘੱਟ ਵੋਟਰ ਹੈ 50000 ਤੇ ਜੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜੰਦਰ ਦੇ ਵਿੱਚ ਵੋਟਰਾਂ ਦੇ ਵਿੱਚ ਕਿੰਨਾ ਹੁਸਾ ਹੈ ਜਦ ਕਿ ਸਵੇਰ ਤੋਂ ਹੀ ਜਿਹੜੇ ਵੋਟਰ ਜਿਹੜੇ ਨੇ ਵੋਟ ਪਾਉਣ ਵਾਸਤੇ ਆਨੇ ਸ਼ੁਰੂ ਹੋ ਗਏ ਨੇ ਤੇ ਕਿ ਇਹਨਾਂ ਦੇ ਵਿੱਚ ਇਹ ਗੱਲ ਕਰੀਏ ਤੇ ਜਿਹੜਾ ਯੂਥ ਹੈ ਜਿਹੜਾ ਇਸ ਟਾਈਮ ਹਲ ਤੱਕ ਨਹੀਂ ਨਜ਼ਰ ਆ ਰਿਹਾ ਬਹੁਤ ਕੱਟ ਦਿਖਣ ਜਾ ਰਿਹਾ ਪਰ ਉਮੀਦ ਹੈ ਕਿ ਜਿਤ ਤੱਕ जिदा इदा समा बीता जाएगा जेड़े जो यूथ भी है जरा वोटा वास्ते बढ़ चढ़ के वोट पाना आना शुरू हो जाएगा चिराग शर्मा अजीत वेब टीवी जलंधर